ਦੋਸਤੋ ਕੀ ਹਾਲ ਚਾਲ ਹੈ ਜਨਾਬ, ਤੁਸੀਂ ਦੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਂ ਜੀ ਗੁਲਾਮ ਅਹਿਮਦ। ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਕਰ ਲੈਣਾ ਕਲਿੱਕ, ਤਾਂ ਕਿ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਸਾਡੇ ਵੀਰਾਂ ਤੀਕਰ ਪਹੁੰਚੇ। ਸਭ ਤੋਂ ਪਹਿਲੇ ਅੱਜ ਮਾਸ਼ਾਅੱਲਾ ਦੂਜਾ ਸੁਆ ਸੋਵੇਗੀ ਮੱਝ, ਕਿੰਨੇ ਦਿਨ ਲਵੇਗੀ, ਕੀ ਹਿਸਾਬ ਕਿਤਾਬ ਹੈ, ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੇ ਲੈ ਕੇ ਦੇਵਾਂਗੇ। ਪੰਜ ਕਲਿਆਣ ਜਨਾਬ, ਚਾਰੇ ਪੈਰ ਧੋਤੇ, ਦੁੰਬ ਸਫੈਦ, ਮੁੱਛ ਪੱਗੀ, ਮੱਥਾ ਸਫੈਦ, ਸਫੈਦ ਚਿੱਟੀ ਅੱਖ, ਕਤਰੀ ਕਤਰੀ ਸਿੰਘੀ, ਬਿਲਕੁਲ ਜਨਾਬ ਕੰਨੀ ਚੀਚੀ ਰੰਗੀ ਜਨਾਬ, ਲੈਣੇ ਦੇਣੇ ਮੁਕੱਦਰ, ਸੌਦਾ ਨਾਲ ਨਸੀਬਾਂ ਦੇ। ਬਾਕੀ ਜਨਾਬ ਕੈਮਰੇ ਨਜ਼ਰ ਵਿੱਚ ਹੈ, ਮੇਰੇ ਵੀਰਾਂ ਨੇ ਆਪਣੇ ਨਿਗਾਹਾਂ ਨਾਲ ਤਸੱਲੀ ਕਰ ਲੈਣੀ। ਬੜੀ ਮਾਸ਼ਾਅੱਲਾ ਖੂਬਸੂਰਤ ਮੱਝ ਹੈ, ਖੂਬਸੂਰਤੀ ਚ ਮਾਸ਼ਾਅੱਲਾ ਪੂਰੇ ਆਹਰਾਂ ਵਾਲੀ ਜਨਾਬ, 21 ਦੇ 21 ਆਹਰ, ਲੈਣੇ ਦੇਣੇ ਮੁਕੱਦਰ, ਸੌਦਾ ਨਾਲ ਨਸੀਬਾਂ ਦੇ। ਸਫ਼ਰ ਕਰਕੇ ਹਮੇਸ਼ਾ ਨੀਲੀ ਦੇ ਜਾਨਵਰ ਆਪਣੇ ਚੈਨਲ ਤੇ ਪਾਏ ਜਾਂਦੇ ਨੇ। ਸਫੈਦ ਅੱਖ ਮਾਸ਼ਾਅੱਲਾ ਬਿੱਲੀ, ਮੁੱਛ ਬੱਗੀ, ਮੱਥਾ ਸਫੈਦ, ਕਤਰੀ ਕਤਰੀ ਸਿੰਘੀ, ਮੱਝ ਦਾ ਕੱਦ ਚੰਗਾ, ਲਾਮ ਚੰਗੀ ਹੈ, ਚੰਗੀ ਮਾਸ਼ਾਅੱਲਾ ਕੱਦ ਕਬਾੜ ਸੋ। ਬਾਕੀ ਜਨਾਬ ਤੁਨੀ ਕੋੜੀ ਤੋਂ ਸਾਫ਼ ਹੈ, ਚਾਰੇ ਪੈਰ ਜਨਾਬ ਮਾਸ਼ਾਅੱਲਾ ਸਫੈਦ ਇੱਕੋ ਜਿਹਾ। ਹਵਾਨਾ ਜਨਾਬ ਥਣ ਬੱਗਾ ਮਾਸ਼ਾਅੱਲਾ, ਥੱਬੇ ਦਾ ਹਵਾਨਾ ਪੂਰਾ ਜਨਾਬ, ਮੁੱਠ ਮੁੱਠ ਦਾ ਥਣ, ਪਾਵਰਫੁੱਲ ਥਣ, ਸਫੈਦ ਥਣ ਮਾਸ਼ਾਅੱਲਾ, ਬੜਾ ਖੂਬਸੂਰਤੀ ਚ ਮਾਸ਼ਾਅੱਲਾ। ਬਾਕੀ ਜਨਾਬ ਝੋਟੀ ਕੋਈ ਸ਼ੱਕ ਨਹੀਂ, ਮਾਸ਼ਾਅੱਲਾ ਮੱਝ ਬੜੀ ਖੂਬਸੂਰਤ ਹੈ। ਮੱਝ ਦਾ ਜਨਾਬ ਖੁੱਡਾ ਪੁੱਠਾ ਟਾਕਾਂ ਕੈਮਰੇ ਨਜ਼ਰ ਵਿੱਚ ਨੇ, ਮਾਸ਼ਾਅੱਲਾ ਪੂਰਾ ਮਨ ਦਾ ਵਾਨਾ, ਅਗਾੜੀ ਪਛਾੜੀ ਇੱਕੋ ਜੀ ਜਨਾਬ ਕੈਮਰੇ ਨਜ਼ਰ ਵਿੱਚ ਹੈ। ਆਹ ਨੀਲੀ ਦੇ ਦੋ ਬਟਨ ਲੱਗੇ ਨੇ ਮੇਰੇ ਭਰਾਵਾਂ ਦੇ ਸਾਹਮਣੇ। ਮਾਸ਼ਾਅੱਲਾ ਸੋਹਣਾ ਥਣ ਮਾਸ਼ਾਅੱਲਾ, ਪੂਰਾ ਮੁੱਠ ਮੁੱਠ ਤੇ ਥਣ, ਪਾਵਰਫੁੱਲ ਥਣ, ਕੈਮਰੇ ਨਜ਼ਰ ਵਿੱਚ ਹੈ। ਬਾਕੀ ਮੇਰੇ ਵੀਰਾਂ ਨੇ ਇਨਸ਼ਾਅੱਲਾ ਤਸੱਲੀ ਕਰ ਲੈਣੀ ਹੈ, ਮੱਝ ਪੂਰੀ ਜਨਾਬ ਨਸਲ ਜ਼ਾਤ ਦੀ ਆਲਾ ਕੁਆਲਿਟੀ ਦੀ ਜਨਾਬ, ਮੇਰੇ ਭਰਾਵਾਂ ਦੇ ਇਨਸ਼ਾਅੱਲਾ ਸ਼ੌਕ ਪੂਰਾ ਕਰੇਗੀ। ਸਫੈਦ ਅੱਖ ਮਾਸ਼ਾਅੱਲਾ, ਮੁੱਛ ਬੱਗੀ, ਕੰਨੀ ਮਾਸ਼ਾਅੱਲਾ ਜਿਵੇਂ ਉਂਗਲ ਦੀ ਚੀਚੀ ਹੁੰਦੀ ਹੈ, ਬਾਕੀ ਕੱਦ ਚੰਗਾ, ਲਾਮ ਚੰਗੀ ਹੈ, ਪੁੱਠਾ ਖੁੱਡਾ ਟਾਕਾਂ ਕੈਮਰੇ ਨਜ਼ਰ ਵਿੱਚ ਨੇ, ਪੂਰੀ ਜਨਾਬ ਮੱਝ ਕੱਚ ਦੀ ਬਣੀ ਹੋਈ ਹੈ ਅੱਲਾ ਦੇ ਫਜ਼ਲ ਕਰਮ ਦੇ ਨਾਲ। ਬਾਕੀ ਇਹਦਾ ਜੋ ਮਾਮਲਾਤ ਹੈ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੀਆਂ ਲੈ ਕੇ ਦੇਵਾਂਗੇ। ਇਨਸ਼ਾਅੱਲਾ ਮੱਝ ਚ ਕੋਈ ਸ਼ੱਕ ਨਹੀਂ ਹੈ, ਇਨਸ਼ਾਅੱਲਾ ਮੇਰੇ ਭਰਾਵਾਂ ਦੀ ਨਜ਼ਰ ਚ ਆ ਜਾਣੀ, ਇਨਸ਼ਾਅੱਲਾ ਵੇਖ ਲੈਣੀ ਹੈ, ਬਾਕੀ ਸਾਰੀਆਂ ਗੱਲਾਂ ਮਾਲਕ ਤੋਂ ਲਵਾਂਗੇ। ਅਸਲਾਮ ਅਲੈਕੁਮ ਜੀ। ਭਾਈ ਜੀ ਥੋੜਾ ਉੱਚੀ ਬੋਲਣਾ ਤਾਂ ਕਿ ਤੁਹਾਡੀ ਆਵਾਜ਼ ਹੈ ਜਿਹੜੀ ਸਾਡੇ ਭਰਾਵਾਂ ਵੀਰਾਂ ਤੱਕ ਪਹੁੰਚੇ। ਜੀ ਜੀ। ਅੱਛਾ ਜੀ, ਮੱਝ ਆਪਾਂ ਵਿਖਾਈ ਜਾਂਦੇ ਹਾਂ। ਹਾਂ ਜੀ ਬਿਲਕੁਲ। ਸਭ ਤੋਂ ਪਹਿਲੇ ਦੱਸਣਾ ਹੈ ਕਿ ਮੱਝ ਕਿੰਨਵਾਂ ਸੂਆ ਸੂਵੇਗੀ? ਦੂਸਰਾ ਸੂਆ ਸੂਵੇਗੀ। ਇਹ ਦੂਜਾ ਸੂਆ ਸੂਣ ਵਾਲੀ ਹੈ। ਸੂਣ ਦੂਜਾ ਸੂਆ ਹੁਣ ਸੂਵੇਗੀ? ਹਾਂ ਹੁਣ ਸੂਵੇਗੀ। ਠੀਕ ਹੋ ਗਿਆ। ਹਾਂ ਜੀ। ਤੇ ਇਹ ਮੱਝ ਜਨਾਬ ਕਿੰਨੇ ਕੁ ਦਿਨ ਲੈਂਦੀ ਹੈ? ਮੱਝ ਹਜੇ ਕੱਢਦੀ ਹੈ ਜੀ, 5-4 ਦਿਨ। 5 ਤੋਂ 4 ਦਿਨ ਕੱਢਦੀ ਹੈ। ਠੀਕ ਹੈ। ਮੱਝ ਤੇਰੀ ਪੂਰੀ ਇਨਸ਼ਾਅੱਲਾ ਮੇਰੇ ਭਰਾਵਾਂ ਨੇ ਵੇਖ ਲੈਣੀ ਹੈ, ਕੱਚ ਦੀ ਬਣੀ ਹੈ, ਮੁੱਛ ਬੱਗੀ ਹੈ, ਸਾਰਾ ਕੁਝ ਜਨਾਬ ਇਹਦਾ ਆਪਣੀ ਘਰ ਦੀ ਮੱਝ? ਹਾਂ ਜੀ, ਘਰ ਦੀ ਮੱਝ ਆ, ਘਰ ਦਾ ਮਾਲ ਬੱਝਾ ਸਾਰਾ। ਅੱਛਾ, ਮਾਲ ਮੈਂ ਤੇਰਾ ਮਾਸ਼ਾਅੱਲਾ ਵੇਖੀ ਜਾਣਾ, ਇਹ ਥਣ ਤਕਰੀਬਨ ਹੀ ਸਾਰੀਆਂ ਦੇ ਬੱਗੇ ਨੇ? ਹਾਂ, ਥਣ ਪਹਿਲਾਂ ਇੱਕ ਦੂਸਰੀ ਦੀ ਉਹਦੀ ਭੈਣ, ਉਹਦੇ ਵੀ ਥਣ ਬੱਗੇ ਤੇ, ਲੇਕਿਨ ਇਹ ਆਊਟ ਕਲਾਸ ਦਾ ਪੀਸ ਆ। ਯਾਨੀ ਕਿ ਜਿੰਨਾ ਤੇਰਾ ਮਾਲ ਮੈਂ ਵੇਖਦਾ ਪਿਆ, 20-25 ਮੱਝਾਂ ਖੜੀਆਂ ਨੇ। ਹਾਂ ਜੀ, ਤਕਰੀਬਨ ਅੱਧੇ ਨਾਲੋਂ ਜ਼ਿਆਦਾ ਜਿੰਨਾ ਦੇ ਥਣ ਬੱਗੇ ਨੇ। ਭਾਈ ਸਾਹਿਬ, ਇਹ ਨਸਲ ਘਰ ਦੀ ਹੈ, ਫਿਰ ਘਰ ਦੀ ਨਸਲ ਹੀ ਟੁਰੀ ਆ ਰਹੀ ਹੈ, ਘਰ ਦੀ ਨਸਲ ਟੁਰੀ ਆ ਜਾਂਦੀ। ਹਾਂ ਜੀ। ਅੱਛਾ, ਆਪਣੀ ਤਾਂ ਮਾਸ਼ਾਅੱਲਾ ਚੋਈ ਪੀਤੀ ਹੈ, ਇਹਦੇ ਥਣਾਂ ਦੇ ਵਿੱਚ ਕੋਈ ਘਾਟਾ ਵਾਧਾ ਗੰਢ ਮਰੋੜੀ? ਭਾਈ ਸਾਹਿਬ, ਤੁਹਾਡਾ ਸੌਦਾ ਹੋ ਜਾਵੇ ਤੁਸੀਂ ਸੂਈ ਲੈ ਜਿਓ। ਯਾਨੀ ਕਿ ਕੋਈ ਭਰਾ ਸੌਦਾ ਕਰ ਲਵੇ, ਬਿਆਨਾ ਕਰ ਲਵੇ, ਸੂਈ ਤੋਂ ਲੈ ਜਾਵੇ? ਸੂਈ ਤੋਂ ਲੈ ਜਾਵੇ। ਥਣ ਦੇਖ, ਮੈਂ ਦਾ ਚੁਆ, ਮੈਂ ਦਾ ਸੋਹਣਾ, ਬਹੁਤ ਬਰੀਕ ਮੈਂ, ਬਰੀਕ ਮੈਂ। ਹਾਈ ਸਾਹਿਬ ਲੋਕਾਂ ਦੇ ਨਾਂ ਵੇਖਦੇ ਆ, ਇਹੋ ਜੀ ਮੈਂ ਕਿਸੇ ਬੰਦੇ ਕੋਲ ਖੜੀ ਹੋਵੇ ਤਾਂ ਮੋਲੀ ਅਗਲਾ 6-7। ਨਹੀਂ ਨਹੀਂ ਮਾਜ, ਤੇਰੀ ਮਾਸ਼ਾਅੱਲਾ ਬੜੀ ਲਾਜਵਾਬ ਹੈ। ਬਾਕੀ ਇਨਸ਼ਾਅੱਲਾ ਇਹਦੇ ਥਣਾਂ ਵਿੱਚ ਘਾਟਾ ਵਾਧਾ ਹੈ ਤੇ ਜਨਾਬ ਕੋਈ ਘਾਟਾ ਵਾਧਾ ਨਹੀਂ? ਹਾਈ ਸਾਹਿਬ, ਕੋਈ ਜਨਾਬ ਘਾਟਾ ਵਾਧਾ ਨਹੀਂ, ਇਹ ਮਾਲਕ ਦੀ ਗਰੰਟੀ, ਇਨਸ਼ਾਅੱਲਾ ਆਪਣੀ ਵੀ ਨਾਲ ਗਰੰਟੀ ਹੈ। ਅੱਛਾ ਭਾਈ ਜੀ, ਗਰੰਟੀਆਂ ਆਪਣੀਆਂ ਪੂਰੀਆਂ, ਕੋਈ ਬੰਦਾ ਬਿਆਨਾ ਕਰਾ ਦੇ ਸੂਈ ਤੂੰ ਲੈ ਜਾਵੇ, ਕੋਈ ਮਸਲਾ ਨਹੀਂ? ਕੋਈ ਮਸਲਾ ਨਹੀਂ। ਅੱਛਾ, ਹੁਣ ਇਹਦਾ ਸੋਹਣਾ ਜਿਹਾ ਰੇਟ ਕਰਨਾ, ਪਿਆਰ ਮੁਹੱਬਤ ਵਾਲਾ, ਜਿੱਥੇ ਆਪਾਂ ਕਿਸੇ ਭਰਾ ਆਪਦੇ ਵੀਰ ਨੂੰ ਜਨਾਬ ਨਾ ਸਬਸਕ੍ਰਾਈਬਰ ਨੂੰ ਕੰਨੀ ਤੇ ਲਾ ਕੇ ਆਮਰਾ ਮਾਈ, ਇਹ ਗਿਫਟ ਹੀ ਦੇਣਾ ਵੇ, ਗਿਫਟ ਹੀ ਦੇਣਾ ਨਾ? ਬਿਲਕੁਲ, ਮਕੂਲ ਜਿਹਾ ਰੇਟ ਕਰਨਾ। ਤੂੰ ਅੱਗੇ ਵੀ ਇਹੀ ਬਹਿਸ ਤੂੰ ਕੀਤੀ ਆ,
ਲੋਕਾਂ ਵਾਸਤੇ ਤੇ ਮੈਂ ਮੁੱਲ ਮੰਗਦਾ ਪਿਆ 4.25 ਲੱਖ ਰੁਪਈਆ। ਅੱਛਾ, ਤੇਰੇ ਵਾਸਤੇ ਹਾਈ ਸਾਹਿਬ ਜਾ ਗਿਫਟ ਆ 3,30,000 ਦੀ ਮੱਝ। 3,30,000 ਰੁਪਏ ਫਾਈਨਲ ਰੇਟ ਹੀ ਨਹੀਂ, ਇਹਦੇ ਵਿੱਚੋਂ ਕੋਈ ਮਾੜਾ ਮੋਟਾ ਪਿਆਰ ਨਹੀਂ, ਇਹ ਚ ਤੇਰੀ ਆ ਜਿਹੜੀ ਨਾ ਬੱਗੀ ਦਾੜੀ ਦਾ ਹਜ਼ਾਰ ਹੋਣਾ ਜਿਹੜਾ ਹੋਣਾ। ਚਲੋ ਜੀ, ਮਿਹਰਬਾਨੀ ਤੇਰੀ, ਆ ਹੋਣਾ ਹੀ ਭਰਾਵਾਂ ਦੀ ਸ਼ੁਕਰ ਕਰਦਾ ਕੋਈ ਨਹੀਂ ਬੜੀ ਮਿਆਂ। ਮੈਂ ਕੋਈ ਬੰਦਾ ਆ ਕੇ ਹਾਈ ਸਾਹਿਬ ਇੱਥੇ ਆ ਕੇ ਕੱਟ ਦੇਵੇ ਨਾ 1,000 ਦੇ ਵਿੱਚੋਂ, ਆਪਾਂ ਉਹਨੂੰ ਜੋ ਜੁਰਮਾਨਾ ਕਰੇ ਉਹ ਭਰਾਂਗੇ, ਜੇ ਮੈਂ ਕਿਸੇ ਪਾਸੋਂ ਵੀ ਕੱਟ ਹੋਵੇ। ਅੱਛਾ, 3,30,000 ਰੁਪਈਆ ਜਨਾਬ ਇਹਦੇ ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਫਿਰ ਤੁਸੀਂ ਕਰਾਵਾਂਗੇ, ਬਾਕੀ ਮੱਝ ਦੀ ਗਰੰਟੀ ਇਨਸ਼ਾਅੱਲਾ ਮੁਕੰਮਲ ਹੋਵੇਗੀ ਤੇ ਅੱਲਾ ਦੇ ਫਜ਼ਲ ਕਰਮ ਨਾਲ ਇਨਸ਼ਾਅੱਲਾ ਮੇਰੇ ਭਰਾਵਾਂ ਨੂੰ ਪਸੰਦ ਆਵੇਗੀ। ਪਸੰਦ ਆਵੇ ਤੇ ਆਪਣੇ ਚੈਨਲ ਨੂੰ ਗੱਲ ਸੁਣ, ਦੁੱਧ ਵੀ ਮੈਂ 17-18 ਸਿਰ ਨਾ ਦੇਵੇ। ਅੱਛਾ, ਹਾਂਜੀ, ਤਾਂ ਵੀ ਮੱਝ ਮੇਰੀ। ਅੱਛਾ, 17-18 ਸਿਰ ਦੇਣੀ ਚਾਹੀਦੀ, 16 ਸਿਰ ਦੁੱਧ ਚੋਇਆ ਦੇ ਥੱਲੋਂ। ਮਾਸ਼ਾਅੱਲਾ ਤੇਰੀ ਬੜੀ ਮਾਸ਼ਾਅੱਲਾ ਖੂਬਸੂਰਤ ਹੈ। ਅੱਛਾ, ਦੁੱਧ ਦੀ ਕਿੰਨੀ ਗਰੰਟੀ ਹੈ? ਦੁੱਧ 17-18 ਸਿਰ ਦੇਗੀ, ਦੇਣਾ ਵੀ ਚਾਹੀਦਾ ਕਿਉਂਕਿ ਮੱਝ ਮਾਸ਼ਾਅੱਲਾ ਨਸਲੀ ਮੱਝ ਹੈ, ਵਾਨਾ ਚੰਗਾ, ਥਣ ਚੰਗਾ ਲੱਗਿਆ ਮਾਸ਼ਾਅੱਲਾ, ਬੜਾ ਪਿਆਰਾ ਮਾਸ਼ਾਅੱਲਾ ਥਣ ਲੱਗਿਆ। ਉਮੀਦ ਕਰਾਂਗਾ ਅੱਜ ਵੀਡੀਓ ਮੇਰੇ ਭਰਾਵਾਂ ਨੂੰ ਪਸੰਦ ਆਵੇਗੀ। ਪਸੰਦ ਆਵੇ ਤੇ ਜਨਾਬ ਆਪਣੇ ਚੈਨਲ ਨੂੰ ਸ਼ੇਅਰ ਤੇ ਲਾਈਕ ਤੇ ਮਾਸ਼ਾਅੱਲਾ ਦਾ ਕਮੈਂਟ ਤੇ ਬਾਕੀ ਜਨਾਬ ਨੰਬਰ ਆਪਣਾ ਡਿਸਕ੍ਰਿਪਸ਼ਨ ਵਿੱਚ ਚੱਲਦਾ 0348-0668-8488 ਇਹ ਆਪਣਾ ਜਨਾਬ ਵਟਸਐਪ ਨੰਬਰ ਹੈ, ਈਮੋ ਨੰਬਰ ਹੈ। 3,30,000 ਰੁਪਏ ਵਿੱਚੋਂ 3,30,000 ਰੁਪਏ ਵਿੱਚੋਂ ਇਨਸ਼ਾਅੱਲਾ ਪਿਆਰ ਮੁਹੱਬਤ ਕਰਵਾਵਾਂਗੇ। ਅੱਛਾ ਭਾਈ ਜੀ, ਦੂਸਰੀ ਗੱਲ ਇਹ ਵੀ ਥਣ ਲੋਕ ਪਸੰਦ ਕਿਉਂ ਨਹੀਂ ਕਰਦੇ? ਚਿੱਟਾ ਤੇਰੀਆਂ ਸਾਰੀਆਂ ਮੱਝਾਂ ਨੇ, ਥਣ ਕਿਉਂ ਨਹੀਂ ਪਸੰਦ ਕਰਦੇ? ਤਾਂ ਥਣ ਬਹੁਤ ਸੋਹਣਾ ਲੱਗਦਾ ਥਣ। ਔਰ ਦੂਸਰੀ ਮੈਂ ਇਹਦੀ ਭੈਣ ਦੇ ਵੀ ਦਿਖਾ ਦੇਣੇ ਤੁਹਾਨੂੰ। ਅੱਛਾ ਜੀ, ਭੈਣ ਨਹੀਂ ਤੇਰੀਆਂ, ਮੈਂ ਅੱਗੇ ਵਿੱਚ ਦੱਸ ਦਿੱਤਾ ਕਿ ਜਿੰਨੀਆਂ ਤੇਰੀਆਂ ਮੱਝਾਂ ਖੜੀਆਂ ਨੇ ਨਾ ਤਕਰੀਬਨ ਅੱਧੇ ਨੂੰ ਜ਼ਿਆਦਾ ਦੇ ਜਨਾਬ ਥਣ ਸਫੈਦ। ਇਸੇ ਤਰ੍ਹਾਂ ਆਵੇ ਨਾ ਦੂਸਰੀ ਮੱਝ ਤੇਰੇ ਸਾਹਮਣੇ ਕੈਮਰਾ ਆਇਆ ਤੈਨੂੰ, ਔਰ ਆ ਨਹੀਂ ਜ਼ਿਆਦਾ ਤੈਨੂੰ ਬੱਚਾ ਦੂਸਰੀ ਨੂੰ ਦਿਖਾਵਾਂ। ਕੈਮਰਾਮੈਨ ਸਾਹਿਬ ਲਾਓ ਜਨਾਬ ਮਾਈਕ ਤੇ ਕੈਮਰਾ। ਥੋੜੀ ਦਾ ਜਨਾਬ ਬਿਲਕੁਲ ਕੈਮਰੇ ਨਜ਼ਰ ਵਿਚ ਹੈ, ਤੁੰਨੀ ਦਾ ਨਿਸ਼ਾਨ ਕੋਣੀ, 5 ਕਲਿਆਣ ਮਾਸ਼ਾਅੱਲਾ ਬੜੀ ਖੂਬਸੂਰਤ ਲਾਜਵਾਬ ਮਾਸ਼ਾਅੱਲਾ। ਬਾਕੀ ਜਨਾਬ ਅੱਗੋ ਮੱਝ ਨੀਵੀਂ ਪਿੱਛੋਂ ਉੱਚੀ ਪੂਰੀ ਜਨਾਬ ਕੱਚ ਦੀ ਬਣੀ, 3,30,000 ਰੁਪਇਆ ਵਿੱਚ ਇਨਸ਼ਾਅੱਲਾ ਪਿਆਰ ਮੁਹੱਬਤ ਲਾਜ਼ਮੀ ਕਰਵਾਵਾਂਗੇ। ਬਾਕੀ ਜਨਾਬ ਮਿਲਾਂਗੇ ਕੱਚੀ ਤੇ ਬਿਹਤਰੀਨ ਜਨਾਬ ਅਗਲੀ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।